ਜਿਵੇਂ ਕਿ ਤੁਹਾਨੂੰ ਮੈਂ ਸ਼੍ਰੋਮਣੀ ਗਾਇਕ ਜਨਾਬ ਸੁਰਿੰਦਰ ਛਿੰਦਾਈ ਦੀ ਅੰਤਮ ਅਰਦਾਸ 'ਤੇ ਵੱਖ ਵੱਖ ਸ਼ਖਸੀਅਤਾਂ ਨਾਲ ਵੱਖ ਵੱਖ ਗਾਇਕ ਗੀਤਕਾਰ ਔਰ ਸੰਗੀਤ ਜਗਤ ਦੇ ਵਿੱਚ ਜਿਹੜੇ ਵੱਡੇ ਵੱਡੇ ਫਨਕਾਰ ਨਕਮਸਤਕ ਹੋਣ ਲਈ ਪਹੁੰਚੇ ਨੇ ਉਹਨਾਂ ਦੇ ਵਿੱਚੋਂ ਸਤਿਕਾਰਯੋਗ ਜੱਸੀ ਲੌਂਗੋਵਾਲੀਆ ਜੀ ਪਹੁੰਚੇ ਨੇ ਜੀ ਆਇਆਂ ਨੂੰ PB26 ਨਿਊਜ਼ ਚੈਨਲ ਵੱਲੋਂ ਸਰਬਜੀਤ ਸਿੰਘ ਨੀਟੂ ਵੱਲੋਂ ਤੁਹਾਡਾ ਸਵਾਗਤ ਹੈ। ਸੁਰਿੰਦਰ ਛਿੰਦਾਈ ਨਾਲ ਤੁਹਾਡੀ ਬਹੁਤ ਪੁਰਾਣੀ ਸਾਂਝ, ਬਹੁਤ ਪੁਰਾਣੇ ਤੁਸੀਂ ਇਕੱਠਿਆਂ ਨੇ ਸਟੇਜਾਂ 'ਤੇ ਕੰਮ ਕੀਤਾ, ਕਿ ਦੋ ਕੁ ਸ਼ਬਦ ਤੁਹਾਡੇ ਵੱਲੋਂ। ਇਹ ਜੋ ਸੁਰਿੰਦਰ ਛਿੰਦਾ ਜੀ ਸੀਗੇ, ਇਹਨਾਂ ਵਰਗਾ ਗਾਇਕ ਬਣਨਾ, ਇਨਸਾਨ ਬਣਨਾ ਬਹੁਤ ਔਖਾ, ਕਿਉਂਕਿ ਅਸੀਂ ਲੋਕ ਗਾਇਕ ਸੰਸਥਾ ਵਿੱਚ ਵੀ ਕੰਮ ਕੀਤੇ, ਸਾਡੇ ਚੇਅਰਮੈਨ ਰਹੇ ਨੇ। ਵੈਸੇ ਵੀ ਛੋਟੇ ਭਾਈਆਂ ਵਾਂਗੂ ਹਰ ਜਗ੍ਹਾ ਜਦੋਂ ਵੀ ਮਿਲਣਾ, ਗਾਇਕੀ ਬਾਰੇ ਗੱਲ ਕਰਨੀ ਤਾਂ ਬੜਾ ਐਕਸਪੀਰੀਅੰਸ ਸਾਂਝਾ ਕਰਨਾ, ਸਾਨੂੰ ਦੱਸਣਾ ਵੀ ਤੁਸੀਂ ਨਵੇਂ ਮੁੰਡੇ ਹੋ, ਇੱਦਾਂ ਆਹ ਵਧੀਆ ਗੱਲ ਹੁੰਦੀ, ਆਹ ਰਸਤਾ ਅਪਣਾਓ। ਮਤਲਬ ਕਿ ਥੰਮ ਗਾਇਕ ਸੀਗੇ ਪੰਜਾਬ ਦਾ ਬਹੁਤ ਵੱਡਾ, ਅੱਜ ਇੱਕ ਥੰਮ ਗਿਰ ਗਿਆ। ਇਹਦਾ ਮਤਲਬ ਸਾਡੀ ਜਿਹੜੀ ਇੰਡਸਟਰੀ ਹੈ ਗਾਇਕੀ ਜਾਂ ਸਿਨੇਮਾ ਦੀ, ਫਿਲਮਾਂ ਦੀ, ਉਹਦੇ ਵਿੱਚ ਅੱਜ ਸਾਨੂੰ ਇੰਨਾ ਘਾਟਾ ਪਿਆ ਜੋ ਕਦੇ ਪੂਰਾ ਨਹੀਂ ਹੋ ਸਕਦਾ, ਕਿਉਂਕਿ ਸਾਡੀ ਇੰਡਸਟਰੀ ਦੇ ਪੁਰਾਣੇ ਜਿੰਨੇ ਵੀ ਥੰਮ ਸੀਗੇ, ਜਿਨ੍ਹਾਂ ਨੇ ਸਾਡੀ ਇੰਡਸਟਰੀ ਦੀ ਨਾਂ ਨਾਲ, ਜਿਨ੍ਹਾਂ ਨੂੰ ਜਾਣਿਆ ਜਾਂਦਾ ਸੀਗਾ, ਜਿਨ੍ਹਾਂ ਦੇ ਨਾਂ ਨਾਲ ਇੰਡਸਟਰੀ ਨੂੰ, ਅੱਜ ਸਾਡੇ ਵਾਸਤੇ ਇੱਕ ਰਸਤਾ ਹੀ ਸਾਫ਼ ਹੋ ਗਿਆ ਵੀ ਕੀ ਕਰੀਏ ਹੁਣ, ਕੌਣ ਸਮਝਾਉਣ ਵਾਲਾ, ਕੌਣ ਵੱਡਾ ਹੈ, ਕਿਹਨਾਂ ਦੇ ਰਸਤੇ 'ਤੇ ਚੱਲੀਏ। ਬੜਾ ਸਾਡੀ ਮੁਲਾਕਾਤ ਹੋਈ ਸੀ ਜੀ, ਅਸੀਂ ਇੱਕ ਇੱਥੇ ਲੁਧਿਆਣੇ ਦੇ ਵਿੱਚ ਇੱਕ ਅਸੀਂ ਮੀਟਿੰਗ ਕੀਤੀ ਸੀਗੀ, ਮੀਟਿੰਗ ਕਰਕੇ ਉਦੋਂ ਅਸੀਂ ਇੱਥੇ ਬੈਠ ਕੇ ਕਾਫੀ 2-3 ਘੰਟੇ ਗੱਲਾਂ ਸਾਂਝੀਆਂ ਕੀਤੀਆਂ ਗਾਇਕੀ ਬਾਰੇ, ਜਾਂ ਆਉਣ ਵਾਲੇ ਜਿਹੜੇ ਸਾਡੇ ਪੁਰਾਣੇ ਗਾਇਕ ਨੇ ਜਾਂ ਜਿਹੜੀਆਂ ਗਾਇਕਾਂ ਸਮੱਸਿਆਵਾਂ ਨੇ ਉਹਨਾਂ ਬਾਰੇ ਅਸੀਂ ਡਿਸਕਸ ਕੀਤੀ ਸੀ ਉਦੋਂ ਅਸੀਂ ਇਕੱਠੇ ਹੋਏ ਸੀ ਇਹਨਾਂ ਦੇ ਬਿਮਾਰ ਹੋਣ ਤੋਂ ਪਹਿਲਾਂ। ਬਹੁਤ ਬਹੁਤ ਧੰਨਵਾਦ ਜੀ। ਇਹ ਸੀ ਪੰਜਾਬੀ ਲੋਕ ਗਾਇਕ ਜੱਸੀ ਲੌਂਗੋਵਾਲ, ਧੰਨਵਾਦ ਜੀ ਤੁਹਾਡਾ ਬਹੁਤ ਬਹੁਤ। ਮੈਂ ਵੱਖ ਵੱਖ ਅਪਡੇਟ ਤੁਹਾਡੇ ਨਾਲ ਦਿੰਦਾ ਰਹਾਂਗਾ PB26 ਨਿਊਜ਼ 'ਤੇ।